अस्सलाम वालेकुम व रहमतुल्लाहि व बरकातहू। उम्मीद है मेरे सारे भरा ठीक होणगे, खरीयत ना होणगे। असीं तुहानूं अज नवें नक्शे दा दसण लगे हां, नवीं बिल्डिंग असीं बनाउण लगे हां। थल्ले उहदियां जालियां वगैरह किस तरह रखणियां वा, किस तरह रखी दियां, उहदे जिहड़े डबल बीम आ उह किस तरह आणे आ, किस तरह खड़े करने आ, उहदा सारा असीं तुहानूं दसदे हां। आह नक्शा असीं तैयार करना, ਇਹ ਨਕਸ਼ਾ ਅਸੀਂ ਤਿਆਰ ਕਰਨਾ, ਇਹਦੇ ਵਿੱਚ ਜਿਹੜੇ ਬੀਮ ਦਿੱਤੇ ਹੋਏ ਆ, ਕਾਲਮ ਖੜ੍ਹੇ ਜਿਹੜੇ ਆ, ਉਹ ਸਾਰੇ ਅਸੀਂ ਇੱਥੇ ਲੈ ਕੇ ਜਾਣੇ ਆ, ਉਹ ਸਾਰੇ ਅਸੀਂ ਦੇਣੇ ਆ। ਆਹ ਇੱਕ ਇੱਕ ਫੁੱਟ ਅਸੀਂ ਵਿੱਚ ਰੋੜੀਏ ਦੀ ਪਾ ਲਈ ਹੈ, ਇਹ ਦੇਖ ਸਕਦੇ ਹੋ। ਆਹ ਸਾਰੀ ਅਸੀਂ ਇੱਕ ਇੱਕ ਫੁੱਟ ਰੋੜੀ ਪਾ ਲਈ ਆ। ਇਹਦਾ ਸਾਰੇ ਦਾ ਅਸੀਂ ਨਾ ਲੇਬਲ ਕਰ ਲਿਆ, ਇੱਕ ਲੇਬਲ। ਇਹ ਜਿਹੜੀ ਅਸੀਂ ਥੱਲੇ ਰੋੜੀ ਪਾਈ ਆ, ਇਹ ਸਾਰੇ ਦਾ ਅਸੀਂ ਇੱਕ ਲੇਬਲ ਕਰ ਲਿਆ। ਇੱਕ ਲੇਬਲ ਕਰਨ ਤੋਂ ਬਾਅਦ ਇਹਦੇ ਉੱਤੇ ਅਸੀਂ ਜਾਲੀਆਂ ਬੰਨਣੀਆਂ, ਉਹ ਵੀ ਅਸੀਂ ਤੁਹਾਨੂੰ ਦਿਖਾਵਾਂਗੇ। ਜਾਲੀਆਂ ਬੰਨਣੀਆਂ ਵਿੱਚ ਕਾਲਮ ਖੜ੍ਹੇ ਕਰਨੇ ਆ, ਜਿਹੜੇ ਡਬਲ ਸਾਡੇ ਜਾਣੇ ਆ ਉਹ ਵੀ ਅਸੀਂ ਖੜ੍ਹੇ ਕਰਨੇ ਆ, ਉਹ ਵੀ ਅਸੀਂ ਤੁਹਾਨੂੰ ਦਿਖਾਵਾਂਗੇ। ਲੇਕਿਨ ਨਵੀਂ ਬਿਲਡਿੰਗ ਆ, ਇਹਦਾ ਕਿਸ ਤਰ੍ਹਾਂ ਪਰਮਿਸ਼ਨ ਹੋਣੀ ਆ, ਕਿਸ ਤਰ੍ਹਾਂ ਸਾਰਾ ਕੁਝ ਹੋਣਾ ਵਾ, ਸਾਰਾ ਕੁਝ ਅਸੀਂ ਇਹਦੇ 'ਚ ਤੁਹਾਨੂੰ ਸਮਝਾਵਾਂਗੇ। ਇਸੇ ਨਕਸ਼ੇ ਦੇ ਆਹ ਜਿਹੜੇ ਬੀਮ ਆ, ਇਹ ਦਿੱਤੇ ਹੋਏ, ਇਹਦੇ 'ਚ 3 ਅਤੇ 3 6 ਅਤੇ ਆਹ 3 9, ਇਹ ਅਲੱਗ ਆ ਗਿਆ ਹਾਲ। ਇਹ ਥੱਲੇ ਇੱਧਰਲੇ ਪਾਸੇ ਦੁਕਾਨਾਂ ਵਾ, 1 2 2 ਅਤੇ 2 4 ਤੋਂ 6 ਬੀਮ ਇੱਧਰ ਆਉਣੇ ਆ, ਇਹ ਵੀ ਅਸੀਂ ਖੜ੍ਹੇ ਕਰਨੇ ਆ। ਲੇਕਿਨ ਫਿਲਹਾਲ ਅਸੀਂ ਅਗਲੇ ਹਾਲ ਵਾਲਾ ਜਿਹੜਾ ਕੰਮ ਆ ਉਹ ਤਿਆਰ ਕਰਨ ਡਏ ਹੋਏ ਹਾਂ, ਉਹ ਤੁਹਾਨੂੰ ਅਸੀਂ ਦਿਖਾਵਾਂਗੇ ਵੀ ਕਿਸ ਤਰ੍ਹਾਂ ਇਹ ਤਿਆਰ ਕਰਨਾ ਵਾ। ਇਹਦਾ ਪੂਰਾ ਹਾਲ ਜਿਹੜਾ ਵਾ, ਇਹ ਸਿਰਫ ਪਿੱਲਰਾਂ 'ਤੇ ਖੜ੍ਹਾ ਕਰਨਾ ਵਾ, ਕਿਸ ਤਰ੍ਹਾਂ ਖੜ੍ਹਾ ਕਰਨਾ ਵਾ, ਕਿੰਨੀ ਪਮੈਸ਼ ਦੇ ਬੀਮ ਆਉਣੇ ਆ, ਉਹ ਸਾਰੇ ਅਸੀਂ ਤੁਹਾਨੂੰ ਸਮਝਾਵਾਂਗੇ। ਸਰੀਆ ਕਿਸ ਤਰ੍ਹਾਂ ਇਹਦੇ 'ਚ ਬੰਨ ਹੋਣਾ ਵਾ, ਕਿਸ ਤਰ੍ਹਾਂ ਖੜ੍ਹਾ ਹੋਣਾ ਵਾ, ਸਾਰਾ ਕੁਝ ਅਸੀਂ ਤੁਹਾਨੂੰ ਸਮਝਾਉਣਾ ਵਾ। ਜਾਲੀਆਂ ਜਦੋਂ ਵੀ ਇਹ ਬਣਾਉਣੀਆਂ, ਇਹਦੇ ਜਿਹੜੇ ਟੋਏ ਆ ਇਹ ਪੱਟ ਲੈਣੇ ਆ, ਪੱਟ ਕੇ ਇਹਦੇ ਵਿੱਚ ਇੱਕ ਇੱਕ ਫੁੱਟ ਅਸੀਂ ਆ ਰੋੜੀ ਪਾਉਣੀ ਆ। ਹੁਣ ਇਹਦੇ 'ਤੇ ਅਸੀਂ ਮਸਾਲਾ ਯਾਨੀ ਕਿ ਪਾਣੀ ਨਾਲ ਖਪਰਾਉਣਾ ਵਾ, ਉਹ ਇਹਦੇ ਵਿੱਚ ਵੜ ਜੂਗਾ, ਇਹਨੂੰ ਜਜ਼ਬ ਕਰਕੇ ਅਸੀਂ ਉੱਤੋਂ ਦੁਰਮਟ ਨਾਲ ਅੱਛੀ ਤਰ੍ਹਾਂ ਇਹਨੂੰ ਕੁੱਟਣਾ ਵਾ। ਕੁੱਟ ਕੇ ਫਿਰ ਅਸੀਂ ਇਹਦੇ ਉੱਤੇ ਜਾਲੀਆਂ ਰਖਾਉਣੀਆਂ, ਜਾਲੀਆਂ ਰਖਾ ਕੇ ਫਿਰ ਅਸੀਂ ਉਹ ਕੰਕਰੀਟ ਨਾਲ ਇੱਕ ਇੱਕ ਫੁੱਟ ਭਰਨੀਆਂ ਵਾ। ਉਹਦੇ ਤੋਂ ਬਾਅਦ ਆਹ ਸਾਡੀਆਂ ਜਿਹੜੀਆਂ ਦੀਵਾਰਾਂ, ਇਹ ਦੀਵਾਰਾਂ ਆਉਣੀਆਂ ਵਾ, ਇਹ ਦੀਵਾਰਾਂ ਆ ਕੇ ਅਸੀਂ ਬੀਮ ਦੇ ਆਸੇ ਪਾਸੇ ਦੀਵਾਰਾਂ ਰੋਕ ਲੈਣੀਆਂ ਵਾ, ਰੋਕ ਕੇ ਅਤੇ ਇਹਦੀ ਵੀ ਰੋਕ ਲਾ ਕੇ ਇਕੱਲੇ ਬੀਮ ਨੂੰ ਇਹ ਅਸੀਂ ਭਰਨਾ ਵਾ, ਤਾਂ ਕੱਢ ਕੇ ਲੈ ਕੇ ਆਉਣਾ ਵਾ। ਇਹ ਜਿਹੜਾ ਮਤਲਬ ਰੋਡ ਲੈਵਲ ਤੋਂ 5 ਫੁੱਟ ਅਸੀਂ ਡੂੰਘਾ ਥੱਲੇ ਲੱਗੇ ਹੋਏ ਹਾਂ, ਰੋਡ ਲੈਵਲ ਤੋਂ 5 ਫੁੱਟ ਡੂੰਘਾ, 5 ਫੁੱਟ ਡੂੰਘੀ ਸਾਡੀ ਨਹੀਂ ਆ ਰੋਡ ਲੈਵਲ ਤੋਂ, ਅਤੇ 6 ਫੁੱਟ ਢੋਆ ਵਾ ਸਾਡਾ, 1 ਫੁੱਟ ਸਾਡੀ ਰੋੜੀ ਪੈਣੀ ਆ, ਰੋੜੀ ਪੈ ਕੇ ਫਿਰ ਸਾਡੀ ਉੱਤੇ 1 ਫੁੱਟ ਬਜਰੀ ਪੈਣੀ ਆ, ਫਿਰ ਸਾਡੀਆਂ ਇਹ ਨਿਆਂ ਭਰ ਆਉਣੀਆਂ, ਫਿਰ ਉਹਦੇ ਉੱਤੇ ਅਸੀਂ ਮਾਲਕ ਨੇ ਜਿੰਨਾ ਸਾਨੂੰ ਕਿਹਾ ਨਾ ਰੋਡ ਲੈਵਲ ਤੋਂ ਉੱਚਾ, ਉਹਨੇ ਕਿਹਾ 2.5 ਫੁੱਟ ਉੱਚਾ, ਅਸੀਂ 2.5 ਫੁੱਟ ਉੱਚਾ ਰੱਖ ਕੇ ਫਿਰ ਅਸੀਂ ਇਹਦਾ ਉੱਤੇ ਜਿਹੜਾ ਪਲੰਥ ਬੀਮ ਆ ਸਾਰੇ ਬੀਮਾਂ ਦੇ ਵਿੱਚ ਲੈ ਕੇ ਅਤੇ ਸਾਰਾ ਕੜਾ ਅਸੀਂ ਮੁਕੰਮਲ ਮਾਰਨਾ ਵਾ, ਉਹ ਵੀ ਤੁਹਾਨੂੰ ਅਸੀਂ ਦਿਖਾਵਾਂਗੇ। ਅਗਰ ਸਾਡੀ ਇਹ ਵੀਡੀਓ ਅੱਛੀ ਲੱਗੇ ਤਾਂ ਸ਼ੇਅਰ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰਨਾ। ਇਨਸ਼ਾਅੱਲਾ ਅਸੀਂ ਸਟੈਪ ਬਾਏ ਸਟੈਪ ਹਰ ਚੀਜ਼ ਤੁਹਾਨੂੰ ਦਿਖਾਵਾਂਗੇ। ਅਸੀਂ ਨਿਆਂ ਪ੍ਰੋਜੈਕਟ ਸ਼ੁਰੂ ਕੀਤਾ ਵਾ, ਮੈਂ ਕਿਹਾ ਵੀ ਸਾਰੇ ਦੋਸਤ ਭਰਾਵਾਂ ਨੂੰ ਨਿਆਂ ਦਾ ਪ੍ਰੋਜੈਕਟ ਜਿਹੜਾ ਹੈਗਾ ਵਾ, ਪ੍ਰੋਸੀਜਰ ਕਿਸ ਤਰ੍ਹਾਂ ਹੁੰਦਾ ਵਾ, ਕਿਸ ਤਰ੍ਹਾਂ ਭਰੀਆਂ ਜਾਂਦੀਆਂ ਵਾ, ਉਹ ਸਾਰੀਆਂ ਦਿਖਾਵਾਂਗੇ। ਇਹ ਸਾਡੀ ਥੱਲੇ ਹੁਣ 13 ਦੀ ਨੇ ਜਾਣੀ ਆ, ਆਹ ਜਿਹੜੀ ਨੇ ਆ ਇਹ ਅਸੀਂ 13 ਦੀ ਸੀਮਟ ਨਾਲ ਭਰ ਕੇ ਲਿਜਾਣੀ ਆ। ਇਹਦੇ ਉੱਤੇ ਜਾ ਕੇ ਅਸੀਂ ਜਿਹੜਾ 9 ਦਾ ਪਲੰਥ ਬੀਮ ਸਿੱਟਣਾ ਵਾ, ਇੱਥੇ 13 ਦਾ ਵੀ ਸਿੱਟ ਸਕਦੇ ਹਾਂ ਆਪਾਂ, 9 ਦਾ ਵੀ ਸਿੱਟ ਸਕਦੇ ਹਾਂ, ਉਹ ਵੀ ਅਸੀਂ ਸਿੱਟਣਾ। ਉਹ ਅਸੀਂ ਐਂਡ 'ਤੇ ਲਿਜਾ ਕੇ ਜਦੋਂ ਟਾਪ ਸਾਡੀ ਕਲੀਅਰ ਹੋਣੀ ਆ, ਉਦੋਂ ਅਸੀਂ ਉਹ ਸਾਰੇ ਬੀਮਾਂ ਦੇ ਆਸੇ ਪਾਸੇ ਉਹਨੂੰ ਅੜਾ ਦੇਣਾ, ਯਾਨੀ ਕਿ ਇਹ ਸਾਰਾ ਕੜਾ ਮੁਕੰਮਲ ਕਰਕੇ ਅਸੀਂ ਫਿਰ ਉਹਨੂੰ ਲਾਉਣਾ ਵਾ। ਅਤੇ ਮੈਂ ਕਿਹਾ ਵੀ ਸਾਰੇ ਭਰਾਵਾਂ ਨੂੰ ਇਹ ਬਿਲਡਿੰਗ ਦੀ ਅਸੀਂ ਮਾਲੂਮਾਤ, ਬੇਸ ਦੀ ਅਸੀਂ ਮਾਲੂਮਾਤ ਦੇਣੀ ਆ ਕਿ ਬੇਸ ਕਿਸ ਤਰ੍ਹਾਂ ਮਜ਼ਬੂਤ ਰੱਖਣੀ ਚਾਹੀਦੀ ਆ। ਬੇਸ ਅਗਰ ਮਜ਼ਬੂਤ ਹੋਵੇ ਬਿਲਡਿੰਗ ਕਾਮਯਾਬ ਰਹਿੰਦੀ ਆ। ਅਸੀਂ ਬੇਸ ਦੇ ਮੁਤਲਕ ਸਾਰਾ ਤੁਹਾਨੂੰ ਸਮਝਾਉਣਾ ਵਾ। ਅਸੀਂ ਆਹ ਸਾਰਾ ਲੇਵਲ ਕਰ ਲਿਆ ਵਾ, ਲੇਵਲ ਕਰਨ ਤੋਂ ਬਾਅਦ ਅਸੀਂ ਰੋੜੀ ਵਿੱਚ ਪਾ ਕੇ ਨਾ, ਅਤੇ ਇਹਦਾ ਹੁਣ ਅਸੀਂ ਪਮਾਇਸ਼ ਲੈਣ ਡਏ ਹਾਂ, ਠੀਕ ਆ। 53 ਇੰਚ ਇੱਥੇ ਅਸੀਂ ਸਾਰੇ ਖੱਡੇ 53-53 'ਤੇ ਪੂਰੇ ਕਰਨੇ ਆ। ਆ ਜਾਓ, ਸਾਰੇ ਟੋਏ ਅਸੀਂ ਤੁਹਾਨੂੰ ਦੱਸਾਂਗੇ ਵੀ ਕਿਸ ਤਰ੍ਹਾਂ ਪੂਰੇ ਕਰੀਦੇ ਆ। ਇਹਨਾਂ ਅਸੀਂ ਆਪਾਂ ਲੇਵਲ 'ਚ ਲੈ ਕੇ ਜਾਣਾ ਇਹ। ਲਓ ਜੀ, ਆ ਵੀ 53 ਹੋ ਗਿਆ, ਠੀਕ ਹੋ ਗਿਆ। ਆ ਜਾਓ ਹੁਣ ਆਪਾਂ ਅਗਲੇ ਐਂਡ ਵਾਲੇ ਟੋਏ ਦੀ ਚੱਲੀਏ। ਲਓ ਜੀ, ਆਹ ਵੀ ਆਪਣਾ 53 ਹੋ ਗਿਆ, ਠੀਕ ਹੋ ਗਿਆ ਜੀ। ਆ ਜਾਓ ਹੁਣ ਆਪਾਂ ਅਗਲੇ ਟੋਏ 'ਤੇ ਚੱਲੀਏ। ਜਿੰਨੀ ਕੁ ਪਾਉਣੀ ਪੈਂਦੀ ਉੰਨੀ ਕੁ ਪਾ ਲਾਂਗੇ।
लो जी आ भी अपना 53 हो गया। हाँ जी 53 हो गया जी, ये भी अपना अगे आ जाओ। लो जी आप 53 करना वा, ये इत अपना लैवल आना वा, ये इतने इन्नी अपनी हजे इस खड्डे दे विच रोड़ी पैंदी आ, ते असी रोड़ी पूरी करनी आ, रोड़ी पूरी करके लेवल एक रख के फिर असी डबल बनने आ सारे, फिर ये थोड़ा सारा काम मुकम्मल फिर होना वा। उस तरह ये पहले अगर आप इन्हू इतना ही मुकम्मल करते हैं तो कोई उच्चा कोई नीवा इस तरह ही सारे टोए हुए, फिर वह थले बेस का लेवल एक नहीं है, एक मजबूती नहीं है, इनू एक करके तो बीमा फिर आप लैके जाना उ। अगर साड़ी वीडियो अच्छी लगे चैनल सबसक्राइब करना, दोस्तों शेयर करना। चंगा इंशाल्लाह मिलेंगे असं अगली वीडियो।